100 ਸਾਲ ਦੇ ਪ੍ਰਾਣੀ ਇਹ ਹਲਟ ਹੈ ਹਾਲਾਂਕਿ ਛੋਟੀ ਹਲਟਾ ਹੈ ਹਲਟੀਆਂ ਦੇਖੋ ਟਿੰਡਾਂ ਨੇ ਇਹ ਦੇਖ ਸਕਦੇ ਹੋ ਇਹ ਪੰਜਾਬ ਦੇ ਵਿੱਚ ਹੁਣ ਗਿਣਤੀ ਦੀਆਂ ਹੀ ਰਹਿ ਗਈਆਂ ਨੇ ਤੋਂ ਅੱਪੇ ਦੇ ਵਿੱਚ ਇਕੱਲੇ ਹੈ ਇਹ ਸਾਡੇ ਇਧਰ ਤੱਕ ਨੂੰ 200 ਕਿਲੋਮੀਟਰ ਦੇ ਵਿੱਚ ਕਿਤੇ ਹਲਟੀਆਂ ਨਹੀਂ ਹੈਗੀਆਂ ਇਹ ਇਰਟੀ ਆ ਹਲਟ ਹੈ ਆਹਾ ਇਹ ਚਲਾਉਂਦਾ ਇਹਨੂੰ ਉਹ ਲੱਗਿਆ ਕੁੱਤਾ ਉਹ ਕੁੱਤਾ ਹੋ ਗਿਆ ਹਾਂਜੀ ਆ ਪਾਰੀ ਹੈ ਇਹਦੇ ਵਿੱਚ ਪਾਣੀ ਡਿੱਗਦਾ ਹੈ ਇਹ 300 ਨੂੰ ਕੀ ਅਸੀਂ ਜਦੋਂ ਖਰਾਬ ਹੁੰਦੀਆਂ ਤਾਂ ਨਵੀਆਂ ਬਣਵਾਉਂੀਆਂ ਇਹੋ 400 ਰੁਪਏ ਦੀ ਇੱਕ ਟਿੰਡ ਹੈ ਕਿੰਨੀਆਂ ਟਿੰਡਾਂ ਲੱਗੀਆਂ ਫਰਿਜ 'ਚ ਇਹ 40 ਟਿੰਡਾਂ ਇਹਦੇ ਵਿੱਚ ਕੋਈ ਵੀ ਚੀਜ਼ ਅਸੀਂ ਖਰਾਬ ਹੁੰਦੀ ਉਸੇ ਵੇਲੇ ਨਵੀਂ ਪਵਾ ਦਿੰਨੇ ਬਣਵਾ ਦਿੰਨੇ ਹੁਣ ਉਹ ਪੁੱਤਾ ਖਰਾਬ ਸੀ ਕੋਈ ਹੈ ਨਹੀਂ ਸੀ ਅਸੀਂ ਮਰਿੰਡੇ ਤੋਂ ਬਣਵਾ ਕੇ ਲਿਆਏ ਹਾਂ ਕਿ ਇਹਦੇ ਹਰਟੀ ਜਿਹੜੀ ਹੈ ਇਹ ਵੀ ਇਹਨਾਂ ਨੂੰ ਡੰਗ ਬੋਲ ਦੇਣਾ ਚੱਲਦੇ ਸੀ ਉਹਨਾਂ ਨੂੰ ਕਿ ਇਹ ਹੱਥ ਨਾਲ ਚਲਾਉਂਦੇ ਇਦਾਂ ਕਰਕੇ ਆ ਪਾਣੀ ਤੁਸੀਂ ਪੀਨੇ ਫਿਰ ਬਾਪੂ ਜੀ ਇਥੋਂ ਹਾਂਜੀ ਪਾਣੀ ਪੀਨੇ ਆ ਸੀ ਇਥੋਂ ਉਹਨਾਂ ਨੂੰ ਕਿ ਤੁਸੀਂ ਨਾਲ ਇੱਥੇ ਪਾਣੀ ਪੀਤਾ ਹੁਣ ਸਮਰਸੀ ਵੱਲ ਲਵਾਇਆ ਇਹ ਜਿਹੜਾ ਪਾਣੀ ਆ 5 ਫੁੱਟ ਤੇ ਪਾਣੀ ਆ ਨਹੀਂ ਤਾਂ ਪਾਣੀ ਕਿਤੇ ਨਹੀਂ ਹੈ ਇਹਦਾ ਪਾਣੀ ਇਦਾਂ ਦਾ ਵੀ ਤੁਸੀਂ ਪਾਣੀ ਪੀ ਲਓ ਟੈਸਟ ਕਰਾ ਲਓ ਪਾਣੀ ਨੂੰ ਮਤਲਬ ਤੁਸੀਂ ਹੁਣ ਰੋਟੀ ਖਾਧੀ ਹੈ ਹੁਣ ਪਾਣੀ ਪੀ ਲਓ ਹੁਣ ਤੁਹਾਨੂੰ ਕੁੱਫ ਲੱਗਿਆ ਨਹੀਂ ਇਹਨਾਂ ਜੜੀਆਂ ਬੂਟੀਆਂ ਦਾ ਜੰਗਲ ਦਾ ਪਾਣੀ ਕੋਈ ਕੋਈ ਉੱਧਰ ਹੈਗੀ ਆ ਉਹ ਵੀ ਇਹਨੂੰ ਕਿਤੇ ਪੁਰਾਣੀ ਕੋਈ ਉਹ ਪੱਥਰਾਂ ਦੀ ਬਣੀ ਆ ਉਸ ਵੇਲੇ ਦੇ ਉਹ ਬੰਦਾ ਭਾਦਰ ਦੇ ਟਾਈਮ ਦੀ ਕੋਈ ਆ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਪੰਜਾਬ ਦੇ ਸੱਭਿਆਚਾਰ ਦੀ ਤੇ ਪੰਜਾਬ ਦੇ ਵਿਰਸੇ ਦੀ ਜਦੋਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਹਲਟ ਦਾ ਬੜਾ ਮਹੱਤਵ ਹੈ ਹਲਟ ਟਿੰਡਾਂ ਤੇ ਕੁੱਤਾ ਇਹ ਚੀਜ਼ਾਂ ਜਿਹੜੀਆਂ ਨੇ ਗਾਇਬ ਹੁੰਦੀਆਂ ਦਿਸ ਰਹੀਆਂ ਨੇ ਅਲੋਪ ਹੁੰਦੀਆਂ ਨਜ਼ਰ ਆ ਰਹੀਆਂ ਪੰਜਾਬ ਦੇ ਵਿੱਚੋਂ ਤਸਵੀਰ ਤੁਸੀਂ ਵੇਖ ਸਕਦੇ ਹੋ ਕਰੀਬ 100 ਸਾਲ ਦੇ ਪੁਰਾਣੀ ਇਹ ਹਲਟ ਹੈ ਹਾਲਾਂਕਿ ਛੋਟੀ ਹਲਟ ਹੈ ਹਲਟੀਆਂ ਦੇਖੋ ਟਿੰਡਾਂ ਨੇ ਇਹ ਦੇਖ ਸਕਦੇ ਹੋ ਇਹ ਪੰਜਾਬ ਦੇ ਵਿੱਚ ਹੁਣ ਗਿਣਤੀ ਦੀਆਂ ਰਹਿ ਗਈਆਂ ਨੇ ਪਰ ਅੱਜ ਤੁਹਾਨੂੰ ਵਿਖਾਵਾਂਗੇ ਕਿ ਕਿਵੇਂ ਪਰਾਤਨ ਪੰਜਾਬ ਅਸਲੀ ਪੰਜਾਬ ਹੁੰਦਾ ਜਦੋਂ ਬਲਦਾਂ ਦੇ ਨਾਲ ਇਸ ਨਾਲ ਬਲਦ ਨਾਲ ਬੰਨੇ ਜਾਂਦੇ ਸੀ ਤੇ ਫਿਰ ਘੁੰਮਦੇ ਸੀ ਤੇ ਹਾਲਟਾਂ ਚਲਦੇ ਜਾਂ ਸੀ ਟੰਡਾਂ ਦੇ ਵਿੱਚੋਂ ਪਾਣੀ ਆਉਂਦਾ ਸੀ ਤੇ ਉਹ ਪਾਣੀ ਖੇਤਾਂ ਦੇ ਵਿੱਚ ਜਾਂਦਾ ਸੀ ਤੇ ਫਿਰ ਖੇਤੀਬਾੜੀ ਹੁੰਦੀ ਸੀ ਅੱਜ ਉਹ ਜਗਾ ਜਿਹੜੀ ਲੈ ਲਈ ਹੈ ਮੋਟਰਾਂ ਆ ਗਈਆਂ ਨੇ ਸਮਰਸੀਬਲ ਆ ਗਏ ਨੇ ਪਰ ਇਹ ਜਿਹੜੀਆਂ ਜਿਉਂਦੀਆਂ ਤਿਉਹ ਰਹਿ ਗਈਆਂ ਵੈਸੇ ਦਾ ਪੰਜਾਬ ਦੇ ਵਿੱਚ ਗਿਣਤੀ ਦੀਆਂ ਹੀ ਹੋਣਗੀਆਂ ਜਿਵੇਂ ਪਹਿਲਾਂ ਕਿਹਾ ਪਰ ਜੇ ਹੁਣ ਵੀ ਆਉਣਗੀਆਂ ਵੀ ਤਾਂ ਉਹ ਕਾਮਣੀ ਕਰਦੀਆਂ ਉਹਨੀਆਂ ਕਿਉਂਕਿ ਪਾਣੀ ਤੇ ਲੋਹਾ ਜਦੋਂ ਇਕੱਠਾ ਹੋ ਜਾਂਦਾ ਤਾਂ ਫਿਰ ਉਸ ਦੀ ਸੰਭਾਲ ਦੁੱਗਣੀ ਚੌਗਣੀ ਕਰਨੀ ਪੈਂਦੀ ਹੈ ਤੇ ਅੱਜ ਵਿਖਾਵਾਂਗੇ ਪੰਜਾਬ ਦਾ ਇੱਕ ਇਹ ਰੰਗ ਵੀ ਜਿਹੜਾ ਇੱਕ ਬਾਬਾ ਜੀ ਹੋਣਾ ਨੇ ਅੱਜ ਤੱਕ ਸੰਭਾਲ ਕੇ ਰੱਖਿਆ ਤੇ ਉਹਨਾਂ ਦਾ ਕਹਿਣਾ ਕਿ ਉਹ ਹਰ ਸਾਲ ਇਸ ਦੀ ਮੁਰੰਮਤ ਕਰਵਾਉਂਦੇ ਨੇ ਤੇ ਨਾਲ ਹੀ ਇਸ ਨੂੰ ਯੂਜ਼ ਵੀ ਕਰਦੇ ਨੇ ਪਾਣੀ ਉਹ ਪੀਂਦੇ ਵੀ ਆ ਰਹੇ ਨੇ ਆ ਬਾਬਾ ਜੀ ਮੈਂ ਗੱਲ ਕਰ ਰਿਹਾ ਸੀਗਾ ਟਿੰਡਾਂ ਦੀ ਹਲਟ ਦੀ ਮੈਂ ਕਿਹਾ ਅੱਜ ਜਿਹੜੇ ਨੌਜਵਾਨ ਜਿਹੜਾ ਆ ਰਿਹਾ ਯੂਥ ਉਸ ਨੂੰ ਇਹ ਚੀਜ਼ਾਂ ਦੇ ਬਾਰੇ ਬਿਲਕੁਲ ਪਤਾ ਨਹੀਂ ਹੋਵੇਗਾ ਇਹ ਜਿਹੜੀ ਹਲਟ ਹੈ ਇਹ ਇਹਨੂੰ ਕਿ 70 ਸਾਲ ਪੁਰਾਣੀ ਹੈ ਹੂੰ ਹੂੰ 70 ਤੋਂ ਵੀ 100 ਸਾਲ ਹੀ ਹੋ ਗਏ ਇਹਨੂੰ ਇਹ ਇਹਨੂੰ ਕਿ ਅਸੀਂ ਇਹਦੀ ਸੰਭਾਲ ਰੱਖੀ ਹੈ ਇਹਨੂੰ ਕੀਤਾ ਹੈ ਹੂੰ ਹੂੰ ਇਹ ਜਿਹੜਾ ਇਹਨੂੰ ਕਿ ਸਥਾਨ ਹੈ ਪਿੰਡ ਰੈਲ ਮਾਜਰਾ ਦੇ ਜੰਗਲਾਂ ਦੇ ਵਿੱਚ ਹੈ ਇਹ ਹੂੰ ਹੂੰ ਇਹ ਜੰਗਲੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਇਹ ਪਹਿਲਾਂ ਥੱਲੇ ਪੱਥਰ ਦੀਆਂ ਐ ਹਮਮ ਪੱਥਰਾਂ ਤੋਂ ਐ ਫਿਰ ਜਦੋਂ ਬੰਦ ਹੋ ਗਈਆਂ ਤ्यों ਤ्यों ਉੱਚੀਆਂ ਕਰਾਈਆਂ ਹੁਣੇ ਉੱਚੀ ਹੁਣ ਨੰਮੀ ਅਸੀਂ ਬਣਵਾਈ ਐ ਆਹ ਜਿਹੜੀਆਂ ਟਿੰਡਾਂ ਇਹ ਟਿੰਡਾਂ ਦਾ ਨੂੰ ਕੀ ਅਸੀਂ ਜਦੋਂ ਖਰਾਬ ਹੁੰਦੀਆਂ ਤਾਂ ਨਵੀਆਂ ਬਣਵਾਈਆਂ ਇਹੋ 400 ਰੁਪਏ ਦੀ ਇੱਕ ਟਿੰਡ ਐ ਟਿੰਡਾਂ ਜਿਹੜੀਆਂ ਟਿੰਡਾਂ ਲੱਗੀਆਂ ਫਿਰ ਇਹ 40 ਟਿੰਡਾਂ ਐ ਦੇ ਵਿੱਚ ਇਹ ਆਦ ਨੂੰ ਕਿਸੇ ਮਰਿੰਡੇ ਤੋਂ ਬਣਵਾਈਆਂ ਮਰਿੰਡੇ ਤੋਂ ਬੰਦਾ ਜਾਂ ਮੰਗਿਆ ਬਣਾਉਂਦਾ ਜਾਂ ਮਰਿੰਡੇ ਹੋਰ ਕੋਈ ਨਹੀਂ ਬਣਾਉਂਦਾ ਆਹ ਜਿਹੜਾ ਆਹ ਹਲਟ ਆਹਾ ਇਹ ਚਲਾਉਂਦਾ ਇਹਨੂੰ ਉਹ ਲੱਗਿਆ ਕੁੱਤਾ ਉਹ ਕੁੱਤਾ ਹੋ ਗਿਆ ਹਾਂਜੀ ਆਹ ਪਾਣੀ ਹੈ ਜਿਹਦੇ ਵਿੱਚ ਪਾਣੀ ਡਿੱਗਦਾ ਪਾਣੀ ਡਿੱਗਦਾ ਇੱਥੋਂ ਉਹਦੀ ਇਹਨੂੰ ਇੱਥੇ ਜੰਗਲ ਦੇ ਵਿੱਚ ਜਾਨਵਰ ਬਹੁਤ ਹੈ ਜੰਗਲੀ ਜਾਨਵਰ ਉਹ ਫਿਰ ਰਾਤ ਨੂੰ ਪਾਣੀ ਪੀਣ ਆਉਂਦੇ ਇੱਥੇ ਉਹਨਾਂ ਵਾਸਤੇ ਇਹਨੂੰ ਕਿ ਅਸੀਂ ਇਹ ਬਣਾ ਕੇ ਰੱਖਿਆ ਵੀ ਇਹਨੂੰ ਇਹ ਜਿਹੜਾ ਪਾਣੀ ਹੈ 5 ਫੁੱਟ ਤੇ ਪਾਣੀ ਆ ਨਹੀਂ ਤਾਂ ਪਾਣੀ ਕਿਤੇ ਨਹੀਂ ਹੈ ਇਹਦਾ ਪਾਣੀ ਇਦਾਂ ਦਾ ਵੀ ਤੁਸੀਂ ਪਾਣੀ ਪੀ ਲਓ ਟੈਸਟ ਕਰਾ ਲਓ ਪਾਣੀ ਨੂੰ ਕੋਈ ਇਹਦੇ ਵਿੱਚ ਇਹ ਨਹੀਂ ਇਹਨੂੰ ਕਿ ਇਹ ਜਿਹੜਾ ਪਾਣੀ ਮਤਲਬ ਤੁਸੀਂ ਹੁਣ ਰੋਟੀ ਖਾਧੀ ਹੈ ਹੁਣ ਪਾਣੀ ਪੀ ਲਓ ਹੁਣੇ ਤੁਹਾਨੂੰ ਭੁੱਖ ਲੱਗ ਜਣੀ ਇਹਨਾਂ ਜੜੀਆਂ ਬੂਟੀਆਂ ਦਾ ਜੰਗਲ ਦਾ ਪਾਣੀ ਹੈ ਇਹ ਧਰੋਂ ਮਿੱਟੀ ਤੋਂ ਜਿਹੜਾ ਥੱਲੋਂ ਧਰਤੇ ਨਿਕਲਦਾ ਜਿਵੇਂ ਅੱਜ ਪਹਿਲਾਂ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਅੱਜ ਕੱਲ ਯੁੱਗ ਬਦਲ ਗਿਆ ਸਮਰਸੀਬਲ ਆ ਗਏ ਮੋਟਰਾਂ ਲੱਗ ਗਈਆਂ ਪਹਿਲਾਂ ਪਰ ਪੁਰਾਣੇ ਜ਼ਮਾਨੇ ਵਿੱਚ ਖੇਤਾਂ ਨੂੰ ਜਦੋਂ ਪਾਣੀ ਦਿੰਦੇ ਸੀ ਤਾਂ ਪੁਰਾਣੇ ਬਜ਼ੁਰਗ ਇਹਨਾਂ ਦੀ ਵਰਤੋਂ ਕਰਦੇ ਸੀ ਵਰਤੋਂ ਕੇ ਇਹ ਹਲਤੀ ਜਿਹੜੀ ਹੈ ਇਹ ਇਹਨਾਂ ਨੂੰ ਬਾਹਲ ਦੇਣਾ ਚੱਲਦੇ ਸੀ ਉਹਨਾਂ ਨੇ ਕਿ ਇਹ ਹੱਥ ਨਾਲ ਚਲਾਉਂਦੇ ਇਸੇ ਕਰਕੇ ਜਾਨਵਰ ਨੂੰ ਪਾਣੀ ਇੱਥੇ ਸਿਰਫ ਡੰਗਰ ਆਉਂਦੇ ਜਾਂ ਜਾਨਵਰ ਆਉਂਦੇ ਰਾਤ ਨੂੰ ਪਾਣੀ ਪੀਣ ਵਾਸਤੇ ਇਹ ਤਾਂ ਕਰਕੇ ਅਸੀਂ ਇਹ ਹੌਦੀ ਭਰ ਕੇ ਰੱਖੀ ਜੀ ਹੈ ਇੱਕ ਪੰਜਾਬੀ ਫਿਲਮ ਦੇ ਵਿੱਚ ਵੀ ਸ਼ਰੀਕ ਫਿਲਮ ਆਈ ਸੀ ਜਿੰਮੀ ਸ਼ੇਰ ਗਿਲਹੋਣਾ ਦੀ ਉਸ ਫਿਲਮ ਦੇ ਵਿੱਚ ਹਲਟੀ ਦਾ ਬੜਾ ਰੋਲ ਰਿਹਾ ਉਹ ਹਲਟੀ ਜਿਹੜੀ ਹੈ ਲਗਾਤਾਰ ਉਸ ਹਲਟ ਨੂੰ ਦਿਖਾਇਆ ਗਿਆ ਫਿਲਮ ਦੇ ਵਿੱਚ ਜਦੋਂ ਜਿੰਮੀ ਸ਼ੇਰ ਗਿਲ ਵਾਪਸ ਆਉਂਦਾ ਫਿਲਮ ਦੇ ਵਿੱਚ ਦੁਬਾਰਾ ਵਿਦੇਸ਼ ਤੋਂ ਵਾਪਸ ਆਉਂਦਾ ਤਾਂ ਉਦੋਂ ਵੀ ਉਹ ਚੱਲਦੀ ਹੈ ਹਲਟੀ ਤੇ ਉਦੋਂ ਮੈਨੂੰ ਲੱਗਦਾ ਹੈ ਇਹ ਕੁਝ ਨੌਜਵਾਨਾਂ ਦੇ ਵੱਲੋਂ ਵੇਖੀ ਗਈ ਹੋਵੇਗੀ ਪਰ ਜੇ ਗੱਲ ਕਰੀਏ ਤਾਂ ਬਾਪੂ ਜੀ ਹੁਣ ਇਹ ਬਹੁਤ ਘੱਟ ਰਹਿ ਗਈਆਂ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਮਾਝੇ ਦੇ ਵਿੱਚ ਕੋਈ 2-3 ਹੋਣੀਆਂ ਨੇ ਜਾਂ ਮਾਲਵੇ ਦੇ ਵਿੱਚ ਵੀ ਜੇ ਗੱਲ ਕਰਾਂ ਤਾਂ ਮਾਲਵੇ ਦੇ ਵਿੱਚ ਵੀ ਗਿਣਤੀ ਦੀਆਂ ਕੋਈ ਰਹਿਗੀਆਂ ਨੇ ਦੁਆਬੇ ਦੇ ਵਿੱਚ ਇਕੱਲੀ ਹੈ ਇਹ ਸਾਡੇ ਇਧਰੋਂ ਕਿ 200 ਕਿਲੋਮੀਟਰ ਦੇ ਵਿੱਚ ਕਿਤੇ ਹਲਟੀ ਨਹੀਂ ਹੈਗੀ ਇਹ ਹੀ ਹਲਟੀ ਹੈ ਇਹ ਜਦ ਨੂੰ ਕਹ ਲਖੋ ਅਸੀਂ ਹੁਣ ਸਾਰਾ ਇਹਨੂੰ ਕਿਤੇ ਤੇ ਹੁਣ 70 60 70000 ਰੁਪਏ ਲਾ ਕੇ ਇਹਨੂੰ ਪੱਕੀ ਕਰਾਈ ਆ ਤੁਸੀਂ ਵੇਖ ਸਕਦੇ ਹੋ ਕਿਸ ਪ੍ਰਕਾਰ ਇਹ ਹਲਟੀਆਂ ਉਦੋਂ ਕੰਮ ਆਉਂਦੀਆਂ ਸੀ ਹਾਲਾਂਕਿ ਇਹ ਛੋਟੀ ਹਲਟੀ ਗੈਹ ਸਕਦੀ ਐ ਇਸਨੂੰ ਕਿਉਂਕਿ ਆਮ ਮੂਮਨ ਤੋਂ ਤਾਂ ਬਹੁਤ ਵੱਡਾ ਸਾਈਜ਼ ਹੁੰਦਾ ਸੀ ਹਲਟੀਆਂ ਦਾ ਹਾਂਜੀ ਹਾਂਜੀ ਉਹ ਤਾਂ ਅੱਗੇ 100 100 ਟਿੰਡਾ ਹੁੰਦੀਆਂ ਸੀਗੀਆਂ ਹੂੰ ਹੂੰ 100 100 ਕੂ ਬਹੁਤ ਡੂੰਘੇ ਸੀਗੇ 100 100 ਇਹ 40 ਟਿੰਨਾ ਇਹ ਜਦੋਂ ਹੁਣ ਪਾਣੀ ਗਰਮੀਆਂ ਨੂੰ ਥੱਲੇ ਚੱਲੇ ਜਾਂਦਾ ਉਦੋਂ ਫੇ ਅਸੀਂ 10 ਹੋਰ ਪਾ ਦਿੰਨੇ ਆ ਅਸੀਂ ਟਾਇਰ ਨਵੇਂ ਬਣਵਾ ਕੇ ਰੱਖਿਆ ਹੈ ਸਾਡੇ ਕੋ ਪਈਆਂ ਇਹ 40 ਪਈਆਂ ਜਦੋਂ ਲੋਡ ਪੈਂਦੀ ਫਿਰ ਥੱਲੇ ਹੋਰ ਕਰ ਦਿੰਦੇ ਜਦੋਂ ਪਾਣੀ ਘਟ ਜਾਂਦਾ ਉਹ ਕੱਢ ਲੈਂਦੇ ਫਿਰ ਆਪਣੇ ਆਪ ਦੇ ਵਿੱਚ ਤੁਸੀਂ ਵਿਰਸੇ ਨੂੰ ਸੰਭੀ ਬੈਠੇ ਹੋ ਬਾਪੂ ਤੁਸੀਂ ਜਿਵੇਂ ਮੈਂ ਗੱਲ ਕੀਤੀ ਕਿ ਜੇ ਹੈਗੀਆਂ ਵੀ ਨੇ ਪੰਜਾਬ ਦੇ ਜਿਹੜੀਆਂ ਬੱਚਿਆਂ ਖੁੱਚੀਆਂ ਉਹ ਕਿਤਨਾ ਕਿਤੇ ਕੰਮ ਨਹੀਂ ਕਰਦੀਆਂ ਉਹਨਾਂ ਜਿਸ ਹਿਸਾਬ ਦੇ ਨਾਲ ਇਹ ਪੂਰੀ ਰੈਲੀ ਪਈ ਹੈ ਕੁੱਤਾ ਕਹੇਦਾ ਪੂਰਾ ਜਿਹੜਾ ਕੰਮ ਕਰ ਰਿਹਾ ਕੋਈ ਵੀ ਚੀਜ਼ ਅਸੀਂ ਖਰਾਬ ਹੁੰਦੀ ਉਸੇ ਵੇਲੇ ਨਵੀਂ ਪਵਾ ਦਿੰਦੇ ਬਣਵਾ ਦਿੰਦੇ ਉਹਨਾਂ ਕੁੱਤਾ ਖਰਾਬ ਸੀ ਕੋਈ ਹੈ ਨਹੀਂ ਸੀ ਅਸੀਂ ਮਰੰਡੇ ਤੋਂ ਬਣਵਾ ਕੇ ਲਿਆਏ ਹਾਂ ਮਰੰਡੇ ਤੋਂ ਬਣਾ ਕੇ ਲਿਆ ਕੇ ਪਾਇਆ ਉਹ ਬੰਦੇ ਨੇ ਦੁਕਾਨਦਾਰ ਨੇ ਉਦਾਂ ਹੀ ਸਾਨੂੰ ਬਣਾ ਕੇ ਦੇ ਦਿੱਤਾ ਹੂੰ ਹੂੰ ਕੋਈ ਪੈਸੇ ਵੀ ਨਹੀਂ ਲਏ ਉਹਨੇ ਹੂੰ ਹੂੰ ਇਦਾਂ ਹੀ ਬਣਾ ਕੇ ਦਿੱਤਾ ਇਦਾਂ ਹੀ ਇਹਨੂੰ ਕਿ ਆਹ ਸਾਰਾ ਕੁਝ ਹੈ ਜਿਹੜਾ ਇੱਥੇ ਕੰਮ ਕਰਾਉਂਦੇ ਆ ਉਹ ਕੋਈ ਪੂਰਾ ਸ਼ੌਂਕ ਹੈ ਸਾਨੂੰ ਪੰਜਾਬੀ ਵਿਰਸੇ ਨੂੰ ਜਿਹੜਾ ਪ੍ਰਾਤਨ ਆਪਣੇ ਏਰੀਏ ਤੇ ਵਾਸਤੇ ਹਾਂਜੀ ਹਾਂਜੀ ਬਸ ਇਹ ਸੰਭਾਲ ਅਸੀਂ ਕਹਿੰਦੇ ਵੀ ਜਿੰਨੀ ਚੀਜ਼ ਦੀ ਸੰਭਾਲ ਹੋਵੇ ਉਹਦੇ ਨੂੰ ਕਿਉਂ ਕਿਉਂ ਇਹ ਆ ਤੈਨੂੰ ਕਿ ਯੁੱਗਾਂ-ਯੁੱਗਾਂ ਦਾ ਇਹ ਰਹਿਣਾ ਨਿਸ਼ਾਨ ਬੇ ਆਦਨੋ ਕਿ ਬੈਠੇ ਸੰਤਾਂ ਦਾ ਸਥਾਨ ਆ ਬੇ ਆਦਨੋ ਕਿ ਯੁੱਗ ਉਸ ਵੇਲੇ ਦੀ ਇਹ ਹੈਗੀਆਂ ਹੱਟੀਆਂ ਇੱਕ ਕੋਈ ਕੋਈ ਉੱਧਰ ਹੈਗੀ ਆ ਉਹ ਵੀ ਇਹਨੂੰ ਕਿੱਦਾਂ ਹੀ ਪੁਰਾਣੀ ਕੋਈ ਉਹ ਪੱਥਰਾਂ ਦੀ ਬਣੀ ਉਸ ਵੇਲੇ ਦੇ ਉਹ ਬੰਦਾ ਬਹਾਦਰ ਦੇ ਟਾਈਮ ਦੀ ਕੋਈ ਆ ਅੱਛਾ ਹਾਂ ਪੱਥਰਾਂ ਦੀ ਹੋ ਇਹ ਵੀ ਪੱਥਰਾਂ ਦੀ ਸੀਗੀ ਪਰ ਇਹ ਇਹਨੂੰ ਕਿਉਂ ਥੱਲੇੋਂ ਹੁਣ ਚਨਾ ਚਨਾ ਕੇ ਵੱਡੀ ਕਰਾਤੀ ਇਹ ਵੀ ਉਦੋਂ ਕਿਤਨਾ ਕਿਤੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਜਦੋਂ ਆਪਾਂ ਗੱਲ ਕਰਦੇ ਆ ਜਾਂ ਮਹਾਰਾਜਾ ਰਣਜੀਤ ਸਿੰਘ ਹੋਣਾਂ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਇੱਥੇ ਰਾਜੇ ਮਹਾਰਾਜੇ ਜਿਹੜੇ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਣ ਜਾਂ ਬਾਬਾ ਬੰਦਾ ਸਿੰਘ ਬਹਾਦਰ ਹੋਣ ਉਹਨਾਂ ਦੇ ਨਾਲ ਤਾਲੁਕਤ ਰਿਹਾ ਹਾਂਜੀ ਉਧਰੋਂ ਸੜਕ ਹੁੰਦੀ ਸੀ ਉਹ ਪਹਾੜ ਤੋਂ ਉਧਰੋਂ ਸਿੱਧੀ ਇਹ ਸੜਕਾਂ ਦੇ ਉੱਪਰ ਇਹ ਹੁਣ ਕੋਈ ਸਰਕਾਰਾਂ ਰਿਪੇਅਰ ਨਹੀਂ ਕਰਦੀਆਂ ਬਰ ਖਤਮ ਹੋ ਗਈਆਂ ਸੜਕਾਂ ਇਹ ਉਹ ਰਸਤਾ ਹਨ ਆ ਪਾਣੀ ਤੁਸੀਂ ਪੀਨੇ ਫਿਰ ਬਾਪੂ ਜੀ ਇਥੋਂ ਹਾਂਜੀ ਪਾਣੀ ਪੀਨੇ ਆ ਸੀ ਇਥੋਂ ਆਦ ਨੂੰ ਕਿ 30 ਸਾਲ ਇੱਥੇ ਪਾਣੀ ਪੀਤਾ ਹੁਣ ਸਮਰਸੀ ਵੱਲ ਲਵਾਇਆ ਆ 2000 ਅੱਜ ਗੱਲ ਤਾਂ ਲੋਕ ਘਰਾਂ ਚ ਆਰਓ ਆ ਗਏ ਨਹੀਂ ਨਹੀਂ ਆਰਓ ਨਾਲ ਵਧੀਆ ਪਾਣੀ ਆ ਤੁਸੀਂ ਚੈੱਕ ਕਰ ਟੈਸਟ ਕਰੋ ਆਦ ਨੂੰ ਕਿ ਪਤਾ ਹੂੰ ਹੂੰ ਆਰਓ ਨਾਲੋਂ ਬਹੁਤ ਵਧੀਆ ਇਹ ਪਾਣੀ ਤੁਸੀਂ ਪਾਣੀ ਪੀ ਕੇ ਤਾਂ ਦੇਖੋ ਪੀਓ ਪਾਣੀ ਹੂੰ ਹੂੰ ਪੀ ਕੇ ਦੇਖੋ ਹੁਣ ਮੈਂ ਕਹਿ ਰਿਹਾ ਸੀ ਮਾ ਪਹਿਲਾਂ ਖੇਤਾਂ ਨੂੰ ਪਾਣੀ ਜਿਹੜਾ ਇੱਥੋਂ ਜਾਂਦਾ ਸੀ ਬਲਦ ਲੱਗੇ ਹੁੰਦੇ ਸੀਗੇ ਜਦੋਂ ਪੁਰਾਣੇ ਜ਼ਮਾਨਿਆਂ ਦੀ ਗੱਲ ਕਰਦੇ ਆ ਪਰ ਹੁਣ ਤਾਂ ਮੈਂ ਲੱਗਦਾ ਇਹ ਇੱਕ ਜਾਂ ਤਾਂ ਕਿਤੇ ਹੈ ਹੀ ਨਹੀਂ ਜੇ ਕਿਤੇ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਫਿਰ ਇੱਥੋਂ ਪਸ਼ੂ ਪੂਛੀ ਕੋਈ ਪਾਣੀ ਪੀਂਦੇ ਹੋਣਗੇ ਹੁਣ ਤਾਂ ਫਿਰ ਕਿਤੇ ਹੈਗੀਆਂ ਉਹ ਚਲਾਉਂਦੇ ਨੇ ਕੋਈ ਵੀ ਇਹ ਅਸੀਂ ਤਾਂ ਚਲਾਉਂਦੇ ਆ ਸਾਫ ਸੰਭਾਲ ਹੀ ਨਹੀਂ ਹੈਗੀ ਨਾ ਫਿਰ ਹਾਂਜੀ ਸੰਭਾਲਨੇ ਅਸੀਂ ਚਲਾਉਂਦੇ ਤੇ ਜਰ ਲੱਗ ਜਾਂਦੀ ਹੈ ਪਾਣੀ ਵਾਲੀ ਪਾਣੀ ਤੇ ਲੋਹਾ ਜਿੱਥੇ ਮਿਲਗੇ ਫਿਰ ਉੱਥੇ ਸੰਭਾਲਦਾ ਜ਼ਰੂਰੀ ਹੈ ਹੁਣ ਨਮੀਆਂ ਡੰਡਾ ਪਾਈਆਂ ਦੇਖੋ ਇਹਨੂੰ ਹੁਣ ਕਾਲੀਆਂ ਹੋ ਗਈਆਂ ਇਹਨ ਹਾਂ ਨਵੀਆਂ ਪਾਈਆਂ ਸੀ ਤਾਂ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗੇ ਜਿਹੜੇ ਹੁਣ ਫੇਰ ਵੀ ਜਦੋਂ ਮੈਂ ਤੁਹਾਨੂੰ ਕਿਹਾ ਬਣਾ ਕੇ ਨਵੀਆਂ ਪਾਦਾ ਨਹੀਂ ਇਹਨੂੰ ਇਹਨੂੰ 5 ਸਾਲ ਕੱਢ ਦੇਣੀਆਂ ਤਾਂ ਦੇਖ ਸਕਦੇ ਹਾਂ ਇਹ ਟੰਡਾਂ ਨੇ ਤੇ ਜਿਹੜਾ ਆਹਾ ਇਹ ਹਾਲਟ ਹੈ ਤੇ ਉਹ ਜਿਹੜਾ ਉਹ ਕੁੱਤਾਗਾ ਇਹ ਜਦੋਂ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਇਹ ਪੁਰਾਣੇ ਜ਼ਮਾਨਾ ਹੁੰਦਾ ਸੀ ਤਾਂ ਉਦੋਂ ਬਲਦ ਲੱਗੇ ਜਾਂਦੇ ਜਿੰਮ ਸਾਹਬ ਨਾਲ ਆ ਇਦਾਂ ਇਹ ਕੰਮ ਕਰਦੀ ਹੁੰਦੀ ਸੀ ਤੇ ਨਾਲ ਹੀ ਬਲਦ ਪਹਿਲਾਂ ਚੱਲਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਪੰਜਾਬ ਦਾ ਵਿਰਸਾ ਪੰਜਾਬ ਦਾ ਅਨਮੋਲ ਖਜ਼ਾਨਾ ਹੈ ਇਹ ਟੰਡਾ ਹਾਲਟ ਕਿਉਂਕਿ ਜਿਵੇਂ ਮੈਂ ਕਿਹਾ ਕਿ ਨਵੀਂ ਜਨਰੇਸ਼ਨ ਨੂੰ ਜਿਹੜਾ ਨਹੀਂ ਪਤਾ ਹੋਣਾ ਪਰ ਇਹ ਸਾਡਾ ਪੰਜਾਬੀ ਵਿਰਸਾ ਹੈ ਅਨਮੋਲ ਪੰਜਾਬੀ ਵਿਰਸਾ ਹੈ ਜਿਹਦੇ ਤੋਂ ਬਗੈਰ ਪੰਜਾਬ ਤੇ ਪੰਜਾਬ ਦਾ ਕਲਚਰ ਉਹ ਅਧੂਰਾ ਹੈ ਕਿਉਂਕਿ ਵੇਖ ਸਾਦੇ ਹੂੰ ਸੀ ਇਸ ਪ੍ਰਕਾਰ ਪਾਣੀ ਜਿਹੜਾ ਟਿੰਡਾਂ ਤੋਂ ਆਉਂਦਾ ਹੁੰਦਾ ਸੀ ਤੇ ਟਿੰਡਾਂ ਦੇ ਵਿੱਚੋਂ ਆ ਕੇ ਜਿਹੜਾ ਨਾਲ ਖੇਤਾਂ ਨੂੰ ਜਾਂਦਾ ਹੁੰਦਾ ਸੀ ਪਰ ਹੁਣ ਬੋਰ ਲੱਗੇ ਨੇ ਸਮਰਸੀਬਲ ਮੋਟਰਾਂ ਲੱਗੀਆਂ ਨੇ ਤੇ ਇਹ ਅਨਮੁੱਲਾ ਖਜ਼ਾਨਾ ਪੰਜਾਬ ਦਾ ਓਵੇਂ ਦਾ ਓਵੇਂ ਕਿਤੇ ਨਾ ਕਿਤੇ ਅਲੋਪ ਹੁੰਦਾ ਰਹਿ ਗਿਆ ਹੋਰ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਤੇ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਸਥਾਵਾਂ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਕੈਮਰਾਮੈਨ ਕਰਿਸ਼ਨ ਦੇ ਨਾਲ ਮਨਦੀਪ ਜੋਤ ਪ੍ਰੋ ਪੰਜਾਬੀ ਟੀਵੀ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ